ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਲੈ ਕੇ ਹਾਜ਼ਰ ਹਾਂ ਖਾਸ ਖਬਰ। ਹਰ ਮਾਂ ਬਾਪ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਕੇ ਉਸਨੂੰ ਆਪਣੇ ਪੈਰਾਂ ਤੇ ਸਟੈਂਡ ਕਰਦੇ ਹਨ ਤਾਂ ਜੋ ਬੁਢਾਪੇ 'ਚ ਉਹ ਉਹਨਾਂ ਦਾ ਸਹਾਰਾ ਬਣ ਸਕਣ। ਪਰ ਮਾੜਾ ਵਕਤ ਉਸ ਸਮੇਂ ਆਉਂਦਾ ਹੈ ਜਦੋਂ ਮਾਪਿਆਂ ਦੁਆਰਾ ਆਪਣੇ ਬੱਚਿਆਂ ਤੇ ਲਾਈਆਂ ਗਈਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ। ਜੀ ਹਾਂ, ਇੱਕ ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਹੈ ਜਿੱਥੇ ਬਜ਼ੁਰਗ ਮਾਂ ਨੂੰ ਆਪਣੇ ਪੁੱਤਰ ਦੀ ਸੇਵਾ ਕਰਨੀ ਪੈ ਰਹੀ ਹੈ ਜੋ ਕਿ ਪਿਛਲੇ 15 ਸਾਲਾਂ ਤੋਂ ਬਿਸਤਰ ਤੇ ਪਿਆ ਹੋਇਆ ਹੈ। ਕੀ ਇਹ ਪੂਰਾ ਮਾਮਲਾ, ਆਓ ਦੇਖਦੇ ਹਾਂ ਇਸ ਰਿਪੋਰਟ 'ਚ। ਬਸ ਪਹਿਲਾਂ ਦਿਮਾਗ ਦੀ ਹਾਲਤ ਖਰਾਬ ਰਹੀ, ਫਿਰ ਦਵਾਈ ਕਰਦੀ ਕਰੀ ਕਿਸੇ ਵਿਚਾਰਿਆਂ ਨੇ ਮਦਦ ਮੇਰੀ, ਔਰ ਦਿਮਾਗ ਤਾਂ ਠੀਕ ਹੋ ਗਿਆ, ਹੁਣ ਲੱਤਾਂ ਰਹਿ ਗਈਆਂ, ਹੁਣ ਕੀ ਕਿੰਨਾ ਕੁ ਕਰੇਗਾ। ਇਹੀ ਸੀਗਾ ਇਹਦੇ ਸਿਰ 'ਤੇ, ਘਰ ਚੱਲ ਰਿਹਾ ਸੀ, ਅਸੀਂ ਉੱਥੇ ਰੋਟੀ ਖਾ ਰਹੇ, ਇਹੀ ਜਦੋਂ ਹੋ ਗਿਆ। ਹਾਂ, ਮੈਂ ਤਾਂ ਇਹੀ ਕਹਿੰਦੀ ਕੋਈ ਮਦਦ ਕਰ ਦੇਵੇ, ਕੋਈ ਅਸ਼ੀਰਵਾਦ ਦੇਵਾਂਗੇ ਅਸੀਂ ਦੁਖੀ ਬੰਦਿਆਂ ਕੋਲ, ਅਸ਼ੀਰਵਾਦ ਹੀ ਆ। ਅਸੀਂ ਤਾਂ ਇਹ ਕਹਾਂਗੇ ਮਹਾਰਾਜ ਸੁੱਖ ਦੇਵੇ ਉਹਨਾਂ ਨੂੰ ਜਿਹੜੇ ਸਾਨੂੰ ਦੇਖਣ। ਇੱਕ ਮਾਂ ਜਿਸ ਨੂੰ ਬੁਢਾਪੇ 'ਚ ਆਪਣੇ ਬੇਟੇ ਤੋਂ ਸੇਵਾ ਦੀ ਉਮੀਦ ਸੀ, ਪਰ ਅੱਜ ਉਹ ਖੁਦ ਉਸ ਦੀ ਦੇਖਭਾਲ ਕਰਨ ਲਈ ਮਜਬੂਰ ਹੈ। ਲੁਧਿਆਣਾ ਦੇ ਤਾਜਪੁਰ ਰੋਡ ਸਥਿਤ MS ਨਗਰ 'ਚ ਰਹਿਣ ਵਾਲੇ ਮਾਂ ਪੁੱਤਰ ਦੋ ਵਕਤ ਦੀ ਰੋਟੀ ਲਈ ਦੂਸਰਿਆਂ ਦੀ ਦਇਆ ਤੇ ਨਿਰਭਰ ਹਨ। ਨਿਰਮਲ ਦੇਵੀ ਨੇ ਦੱਸਿਆ ਕਿ ਉਸਦਾ ਬੇਟਾ ਬੀਤੇ 15 ਸਾਲਾਂ ਤੋਂ ਬਿਸਤਰ ਤੇ ਪਿਆ ਹੈ ਜੋ ਕਿ ਪਹਿਲਾਂ ਦਿਮਾਗੀ ਤੌਰ ਤੇ ਬਿਮਾਰ ਸੀ। ਇਹ ਬਿਮਾਰੀ ਠੀਕ ਹੋਈ ਤਾਂ ਪੈਰਾਂ ਤੋਂ ਲਾਚਾਰ ਹੋ ਗਿਆ ਅਤੇ ਦੱਸਿਆ ਕਿ ਪਹਿਲਾਂ ਉਹ ਖੁਦ ਫੈਕਟਰੀ 'ਚ ਕੰਮ ਕਰਦੀ ਸੀ ਤੇ ਫਿਰ ਇੱਕ ਧਾਰਮਿਕ ਜਗ੍ਹਾ ਤੇ ਪ੍ਰਸ਼ਾਦ ਅਤੇ ਤੇਲ ਵੇਚਣ ਲੱਗੀ, ਲੇਕਿਨ ਉਸ ਨਾਲ ਉਹਨਾਂ ਦਾ ਘਰ ਦਾ ਗੁਜ਼ਾਰਾ ਕਾਫੀ ਮੁਸ਼ਕਲ ਨਾਲ ਹੁੰਦਾ ਹੈ। ਮੇਰਾ ਨਿਰਮਲਾ ਦੇ ਬੇਟੇ ਨੂੰ ਬਿੱਤੇ 15-16 ਸਾਲ ਹੋ ਗਏ, ਲੱਤਾਂ ਤੇ ਪੈਜ ਬੈਠਾ, ਇਹੀ ਇਹਦੇ ਸਿਰ ਤੇ। ਮੈਂ ਰੋਟੀ ਚੰਗੀ ਚੱਲਦੀ ਸੀ, ਚੰਗਾ ਘਰ ਬਾਰ ਸੀਗਾ, ਜੋ ਇਹਨੂੰ 15 ਸਾਲ ਹੋ ਗਏ। ਬਸ ਪਹਿਲਾਂ ਦਿਮਾਗ ਦੀ ਹਾਲਤ ਖਰਾਬ ਰਹੀ, ਫਿਰ ਦਵਾਈ ਕਰਦੀ ਕਰੀ ਕਿਸੇ ਵਿਚਾਰਿਆਂ ਨੇ ਮਦਦ ਮੇਰੀ, ਔਰ ਦਿਮਾਗ ਤਾਂ ਠੀਕ ਹੋ ਗਿਆ, ਹੁਣ ਲੱਤਾਂ ਰਹਿ ਗਈਆਂ, ਹੁਣ ਕੀ ਕਿੰਨਾ ਕੁ ਕਰੇ, ਕੋਈ ਕਿੰਨਾ ਕੁ ਕਰੇ, ਹੁਣ ਲੱਤਾਂ ਇੰਨਾ ਲੈਟਰਿਨ ਬਾਥਰੂਮ ਚੱਲ ਜਾਂਦਾ। ਬਸ ਮੈਂ ਕਿਤੇ ਜਾਣਾ ਹੋਵੇ 2 ਪੈਸੇ ਦਾ ਤੇ ਇਹਨੂੰ ਛੱਡ ਕੇ ਵੀ ਜਨ ਚੱਲ ਜਾਂਦੀ ਹੈ, ਨਾ ਘਰ ਹੋਵਾਂ ਤੇ ਉਸ ਪੜੋਸ ਵਾਲੇ ਚਾਹ ਰੋਟੀ ਦੇ ਦਿੰਦੇ ਹੈ, ਕਿਸੇ ਵੇਲੇ ਮੈਨੂੰ ਇਹਨੂੰ ਫੜਾ ਦੇ ਦਿੰਦੇ ਹੈਗੇ ਵੀ ਚੱਲ ਕੋਈ ਨਹੀਂ, ਮਾਂ ਹੈ ਨਹੀਂ ਗੁਜ਼ਾਰਾ। ਮੈਂ ਤੇਲ ਪ੍ਰਸ਼ਾਦ ਵੇਚਦੀ ਸੀ ਪੀਰਾਂ 'ਤੇ ਅਤੇ ਠੀਕ ਸੀਗੀ, ਜਦੋਂ ਮੈਂ ਚੱਲ ਜਾਂਦੀ ਸੀ ਦਿਲਿਆਂ ਦੇ 200-400 ਰੁਪਇਆ। ਹੁਣ ਮੇਰੇ ਕੋਲ ਤੁਰ ਨਹੀਂ ਆਉਂਦਾ, ਠੰਡ ਇੰਨੀ ਪੈ ਰਹੀ, ਮੈਂ ਆਪ ਬਿਮਾਰ ਹੈ, ਸਾਹ ਚੜ੍ਹਨ ਲੱਗ ਗਿਆ ਅਤੇ ਮੰਜੇ ਤੋਂ ਉੱਠਣ ਨੂੰ ਦਿਲ ਨਹੀਂ ਕਰਦਾ ਹੈਗਾ, ਕਾਂਬਾ ਚੜ੍ਹਦਾ, ਲਾਜ਼ਮੀ ਨਹੀਂ ਦਵਾਈ। ਉਹ ਡਾਕਟਰ ਨੇ ਕਿਹਾ ਪੂਰਾ ਇਲਾਜ ਕਰਾਓ ਫਿਰ ਤੁਸੀਂ ਠੀਕ ਹੋ ਸਕਦੇ ਹਾਂ, 2 ਦਿਨ ਆਉਂਦੀ 4 ਦਿਨ ਆਉਂਦੀ ਨਹੀਂ, ਫਿਰ ਮੈਂ ਉੱਥੇ ਆ ਜਾਂਦੀ ਹਾਂ। ਇਹ ਪੰਮੀ ਡਾਕਟਰ ਹੈ ਨਾ, ਖਰਚਾ ਉਹ ਇੱਕ ਮਹੱਲੇ 'ਚ ਹੈਗਾ ਇੱਕ ਮੁੰਡਾ, ਉਹ ਵਿਚਾਰਾ ਲਿਆ ਦਿੰਦਾ ਦਵਾਈ ਇਹਨੂੰ, ਮੇਰੇ ਕੋਲ ਤਾਂ ਦਵਾਈ ਵੀ ਨਹੀਂ ਸੀ ਹੁੰਦੀ। ਇਹ ਫਿਰ ਬੋਲਦਾ ਪਤਾ ਨਹੀਂ ਕੀ ਅੰਡ ਪੰਡ ਬੋਲਦਾ, ਫਿਰ ਇਹ ਜਿਹਨੇ ਆਪਣੇ ਆਪ 'ਚ ਨਹੀਂ ਰਹਿੰਦਾ, ਇਹ ਗੱਲ ਆ। ਹਾਂਜੀ, ਇਹੀ ਸੀਗਾ ਇਹਦੇ ਸਿਰ 'ਤੇ, ਘਰ ਚੱਲ ਰਿਹਾ ਸੀ, ਅਸੀਂ ਉੱਥੇ ਰੋਟੀ ਖਾ ਰਹੇ, ਇਹੀ ਚੌਲ ਹੋ ਗਿਆ। ਇਹ ਤਾਂ ਹੁਣ ਆਪ 10-10 ਰੁਪਈਏ ਮੰਗਦਾ ਆ, ਹੁਣ ਜਿੱਦਾਂ ਉੱਥੇ ਬਹਿ ਜੂਗਾ ਤਾਂ ਕਹਿ ਦੂਗਾ ਭਾਅ ਜੀ ਹੁਣ 10 ਰੁਪਏ ਦੇ ਦਿਓ, ਖੁਦ ਦਿੰ ਲੋਕਾਂ ਨੂੰ ਦਿੰਦਾ ਸੀ, ਅੱਜ ਇਹ ਮੰਗਦਾ। ਇਹੋ ਜਿਹਾ ਟਾਈਮ ਨਾ ਕੁਛ ਖਾਵੇ, ਇੰਨੀ ਮਜਬੂਰੀ ਆ, ਕੀ ਕਰੀਏ, ਪੇਸ਼ ਨਹੀਂ ਜਾਂਦੀ। ਹਾਂ, ਮੈਂ ਤਾਂ ਇਹੀ ਕਹਿੰਦੀ ਕੋਈ ਮਦਦ ਕਰ ਦੇਵੇ, ਕੋਈ ਅਸ਼ੀਰਵਾਦ ਦੇਵਾਂਗੇ ਅਸੀਂ ਦੁਖੀ ਬੰਦਿਆਂ ਕੋਲ, ਅਸ਼ੀਰਵਾਦ ਹੀ ਆ। ਅਸੀਂ ਤਾਂ ਇਹ ਕਹਾਂਗੇ ਮਹਾਰਾਜ ਸੁੱਖ ਦੇਵੇ ਉਹਨਾਂ ਨੂੰ ਜਿਹੜੇ ਸਾਨੂੰ ਦੇਖਣ ਜੀਤੀ ਜਾਣ ਨੂੰ। ਇਸ ਵੇਲੇ ਅਸੀਂ ਬੜੇ ਬੇਵਾਸਾ ਮਜਬੂਰ ਹੈ, ਉਹਨਾਂ ਦਾ ਭਲਾ ਹੀ ਹੋਊਗਾ ਦੁਨੀਆਂ 'ਤੇ, ਇਹੀ ਉਹਨ ਖੱਟ ਲਊਗੇ ਸਾਡਾ, ਅਸੀਂ ਤਾਂ ਹੁਣ ਜਿਹੜੀ ਜ਼ਿੰਦਗੀ ਕੱਟਦੇ ਕੱਟੀ ਜਾ ਰਹੇ ਹਾਂ। ਸੋ ਲੋੜ ਹੈ ਸਰਕਾਰਾਂ ਨੂੰ ਅਜਿਹੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਨ ਦੀ ਤਾਂ ਜੋ ਉਹ ਵੀ ਦੂਸਰੇ ਲੋਕਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਖੁਸ਼ਨੁਮਾ ਢੰਗ ਨਾਲ ਜੀ ਸਕਣ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।